ਆਜ਼ਾਦੀ ਕਾ ਅਮਰਤ ਮਹਾਸੂ ਨੂੰ ਸਮਰਪਿਤ ਆਜ਼ਾਦੀ ਕਾ ਸਫਰ ਤਹਿਤ ਅਸੀਂ ਭਾਰਤੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵਕਫਾ ਖਮੰਨੇ ਪਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਤੇ ਪਹਿਲੂਆਂ ਤੋਂ ਜਾਣੂ ਜਾਣੇ ਕਰਾਉਨੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਖੜੀ ਵਿੱਚ ਅਸੀਂ ਤੁਹਾਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦੇ ਜੀਵਨ ਅਤੇ ਦੇਸ਼ ਦੀ ਆਜ਼ਾਦੀ ਵਿੱਚ ਉਹਨਾਂ ਵੱਲੋਂ ਪਾਏ ਗਏ ਯੋਗਦਾਨ ਬਾਰੇ ਜਾਣਕਾਰੀ ਦੇਵਾਂਗੇ ਹਿੰਸਾ ਦੇ ਦੂਤ ਅਤੇ ਸੱਚ ਦੇ ਪੁਜਾਰੀ ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਵਿੱਚ ਹੋਇਆ ਸੀ। ਉਹਨਾਂ ਨੇ 1 ਸਾਲ ਬੰਬੇ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ। ਫਿਰ ਯੂਨੀਵਰਸਿਟੀ ਕਾਲਜ ਲੰਡਨ ਵਿੱਚ ਬਾਰ ਆਫ ਇੰਗਲੈਂਡ ਵਿੱਚ ਦਾਖਲਾ ਲਿਆ। ਇਸ ਮਗਰੋਂ ਉਹ ਮੁੰਬਈ ਪਰਤ ਆਏ ਅਤੇ ਇੱਥੇ 1 ਸਾਲ ਵਕਾਲਤ ਕੀਤੀ। ਬਾਅਦ ਵਿੱਚ ਨੇਤਾਲ ਚ ਇੱਕ ਭਾਰਤੀ ਫਾਰਮ ਵਿੱਚ ਕੰਮ ਕਰਨ ਵਾਸਤੇ ਉਹ ਦੱਖਣੀ ਅਫਰੀਕਾ ਚਲੇ ਗਏ। ਦੱਖਣੀ ਅਫਰੀਕਾ ਵਿੱਚ ਗਾਂਧੀ ਜੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਟ੍ਰੇਨ ਵਿੱਚ ਉਹਨਾਂ ਕੋਲ ਪਹਿਲੀ ਸ਼੍ਰੇਣੀ ਦਾ ਵਾਜਿਬ ਟਿਕਟ ਹੁੰਦੇ ਹੋਏ ਵੀ ਉਹਨਾਂ ਨੂੰ ਉੱਥੋਂ ਕੱਢ ਕੇ ਤੀਜੇ ਦਰਜੇ ਦੇ ਡੱਬੇ ਵਿੱਚ ਧੱਕ ਦਿੱਤਾ ਗਿਆ। ਬਾਅਦ ਵਿੱਚ ਇੱਕ ਯੂਰਪੀ ਮਸਾਫਰ ਨੂੰ ਜਗ੍ਹਾ ਦੇਣ ਵਾਸਤੇ ਉਹਨਾਂ ਵੱਲੋਂ ਫੁੱਟਬੋਰਡ ਉੱਪਰ ਸਫ਼ਰ ਕਰਨ ਤੋਂ ਇਨਕਾਰ ਕਰਨ ਤੇ ਸਟੇਜ ਕੋਚ ਡਰਾਈਵਰ ਨੇ ਉਹਨਾਂ ਨਾਲ ਬਦਤਮੀਜ਼ੀ ਕੀਤੀ। 1906 ਵਿੱਚ ਗਾਂਧੀ ਜੀ ਨੇ ਪਹਿਲੀ ਵਾਰ Transvaal ਸਰਕਾਰ ਦੇ ਪੰਜੀਕਰਨ ਕਾਨੂੰਨ ਖਿਲਾਫ ਇੱਕ ਅਹਿੰਸਕ ਪ੍ਰਤੀਰੋਧ ਦਾ ਆਯੋਜਨ ਕੀਤਾ। ਉਹਨਾਂ ਨੂੰ ਆਪਣੇ ਹਜ਼ਾਰਾਂ ਸਮਰਥਕਾਂ ਸਮੇਤ ਕਈ ਮੌਕਿਆਂ ਉੱਪਰ ਜੇਲ੍ਹ ਵੀ ਭੇਜਿਆ ਗਿਆ। ਭਾਰਤ ਵਾਪਸ ਆ ਕੇ ਗਾਂਧੀ ਜੀ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਸ਼ਾਮਲ ਹੋ ਗਏ। ਉਹਨਾਂ ਨੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਸੰਮੇਲਨਾਂ ਵਿੱਚ ਭਾਸ਼ਣ ਦਿੱਤੇ ਤੇ ਉਹ ਪ੍ਰਭਾਵਸ਼ਾਲੀ ਨੇਤਾਵਾਂ ਵਿੱਚ ਸ਼ਾਮਲ ਹੋ ਗਏ। ਲੇ ਅਸਤਰਾ 1913 ਵਿੱਚ ਗਾਂਧੀ ਜੀ ਨੇ ਵਿਨਾਸ਼ਕਾਰੀ ਸੋਕੇ ਦੇ ਦੌਰਾਨ ਅੰਗਰੇਜ਼ਾਂ ਵੱਲੋਂ ਲਗਾਏ ਗਏ ਟੈਕਸ ਨੂੰ ਵਧਾਉਣ ਦਾ ਵਿਰੋਧ ਕੀਤਾ ਨਾਗਰਿਕ ਵਿਰੋਧ ਦੇ ਆਯੋਜਨ ਲਈ ਉਹਨਾਂ ਨੂੰ ਬਿਹਾਰ ਦੇ ਚੰਪਾਰਨ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਅਸਹਿਯੋਗ ਅੰਦੋਲਨ ਲਈ ਅਭਿਆਨ ਸਵਰਾਜ ਸ਼ੁਰੂ ਕੀਤਾ ਉਨ੍ਹਾਂ ਨੇ ਭਾਰਤੀਆਂ ਨੂੰ ਬਰਤਾਨਵੀ ਸਮਾਜ ਦਾ ਬਾਈਕਾਟ ਕਰਨ ਅਤੇ ਆਪਣੇ ਖੁਦ ਦੇ ਬੁਣੇ ਕੱਪੜੇ ਤੇ ਸਮਾਨ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ। 31 ਦਸੰਬਰ 1929 ਨੂੰ ਨਵੇਂ ਸਾਲ ਦੀ ਪੂਰਵ ਸੰਧਿਆ ਉੱਪਰ ਭਾਰਤੀ ਰਾਸ਼ਟਰੀ ਕਾਂਗਰਸ ਨੇ ਆਜ਼ਾਦੀ ਦਾ ਝੰਡਾ ਫਹਿਰਾਇਆ ਗਾਂਧੀ ਜੀ ਅਤੇ ਜਵਾਹਰ ਲਾਲ ਨਹਿਰੂ ਨੇ 26 ਜਨਵਰੀ 1930 ਨੂੰ ਆਜ਼ਾਦੀ ਦਾ ਐਲਾਨ ਕਰ ਦਿੱਤਾ 12 ਮਾਰਚ ਤੋਂ 6 ਅਪ੍ਰੈਲ 1930 ਤੱਕ ਗਾਂਧੀ ਜੀ ਨੇ ਪ੍ਰਸਿੱਧ ਡਾਂਡੀ ਯਾਤਰਾ ਕੀਤੀ। ਉਹਨਾਂ ਨੇ ਸਮੁੰਦਰ ਕੰਡੇ ਨਮਕ ਬਣਾਉਣ ਲਈ ਅਹਮਦਾਬਾਦ ਦੇ ਆਸ਼ਰਮ ਤੋਂ ਡਾਂਡੀ ਪਿੰਡ ਤੱਕ 400 ਕਿਲੋਮੀਟਰ ਦੀ ਯਾਤਰਾ ਵਿੱਚ ਹਜ਼ਾਰਾਂ ਭਾਰਤੀਆਂ ਦੀ ਅਗਵਾਈ ਕੀਤੀ। 23 ਦਿਨਾਂ ਦੀ ਯਾਤਰਾ ਦੇ ਦੌਰਾਨ ਹਰ ਨਿਵਾਸੀ ਨੇ 2 ਮੀਲ ਲੰਬੇ ਇਸ ਜਲੂਸ ਨੂੰ ਦੇਖਿਆ ਮੋਹਿਮ ਦੀ ਸਫਲਤਾ ਤੋਂ ਪਰੇਸ਼ਾਨ ਬਰਤਾਨਵੀ ਸਰਕਾਰ ਨੇ ਪ੍ਰਤੀਕਿਰਿਆ ਵਜੋਂ ਬਿਨਾਂ ਟੈਕਸ ਦਿੱਤੇ ਨਮਕ ਬਣਾਉਣ ਜਾਂ ਵੇਚਣ ਵਾਸਤੇ 60000 ਤੋਂ ਵੱਧ ਲੋਕਾਂ ਨੂੰ ਜੇਲ੍ਹਾਂ ਵਿੱਚ ਭਾ ਦਿੱਤਾ ਅੰਗਰੇਜ਼ਾਂ ਨੇ ਨਿਹੱਥੀ ਭੀੜ ਉੱਪਰ ਗੋਲੀਆਂ ਚਲਾਈਆਂ ਅਤੇ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਗੋਲੀ ਮਾਰ ਦਿੱਤੀ 4 ਮਈ 1930 ਦੀ ਰਾਤ ਨੂੰ ਗਾਂਧੀ ਜੀ ਨੂੰ ਸੁੱਤੇ ਪਏ ਨੂੰ ਗ੍ਰਿਫਤਾਰ ਕਰ ਲਿਆ ਸੀ ਆਖਰਕਾਰ ਲਾਰਡ ਇਰਵਿੰਨ ਦੀ ਅਗਵਾਈ ਵਾਲੀ ਬਰਤਾਨਵੀ ਸਰਕਾਰ ਨੇ ਮਾਰਚ 1831 ਵਿੱਚ ਸਾਰੇ ਸਿਆਸੀ ਕੈਦੀਆਂ ਨੂੰ ਰਿਹਾ ਕਰਨ ਵਾਸਤੇ ਗਾਂਧੀ ਇਰਵਿੰਨ ਸਮਝੌਤੇ ਉੱਤੇ ਦਸਤਖਤ ਕੀਤੇ ਗਾਂਧੀ ਜੀ ਨੇ ਪਛੜੀ ਜਾਤੀ ਦੇ ਲੋਕਾਂ ਦੇ ਜੀਵਨ 'ਚ ਸੁਧਾਰ ਲਈ ਅਭਿਆਨ ਚਲਾਇਆ ਉਨ੍ਹਾਂ ਲਈ ਹੋਰਨਾਂ ਜਾਤੀਆਂ ਦੇ ਸਮਾਨ ਵੋਟ ਦੇਣ ਦੇ ਅਧਿਕਾਰ ਸਮੇਤ ਸਮਾਨ ਅਧਿਕਾਰਾਂ ਨੂੰ ਬढ़ावा ਦਿੱਤਾ। ਗਾਂਧੀ ਜੀ ਨੇ ਭਾਰਤ ਛੱਡੋ ਅੰਦੋਲਨ ਕਾਰਨ ਵੱਡੇ ਪੈਮਾਨੇ ਤੇ ਗ੍ਰਿਫਤਾਰੀਆਂ ਹੋਈਆਂ। ਉਹਨਾਂ ਨੂੰ ਬੰਬੇ ਮੁੰਬਈ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ 2 ਸਾਲ ਤੱਕ ਕੈਦ ਵਿੱਚ ਰੱਖਿਆ ਗਿਆ ਸੀ। ਇਸੇ ਦੌਰਾਨ ਉਹਨਾਂ ਦੀ ਪਤਨੀ ਕਸਤੂਰਬਾ ਦਾ ਦੇਹਾਂਤ ਹੋ ਗਿਆ ਤੇ ਉਹਨਾਂ ਦੇ ਸਖਤਰ ਮਹਾਦੇਵ ਦੇਸਾਈ ਵੀ ਨਹੀਂ ਰਹੇ। ਇੱਕ ਜ਼ਰੂਰੀ ਸਰਜਰੀ ਦੇ ਕਾਰਨ ਗਾਂਧੀ ਜੀ ਨੂੰ ਮਈ 1944 ਵਿੱਚ ਰਿਹਾ ਕਰ ਦਿੱਤਾ ਗਿਆ। ਉਨ੍ਹਾਂ ਦੇ ਇਸ ਅੰਦੋਲਨ ਵਿੱਚ 1 ਲੱਖ ਤੋਂ ਵੱਧ ਸਿਆਸੀ ਕੈਦੀਆਂ ਨੂੰ ਰਿਹਾ ਕੀਤਾ ਗਿਆ ਸੀ। 1947 ਵਿੱਚ ਭਾਰਤ ਨੂੰ ਆਜ਼ਾਦੀ ਮਿਲੀ ਪਰ ਦੇਸ਼ ਨੂੰ ਵਟਵਾਰੇ ਦਾ ਸਾਹਮਣਾ ਕਰਨਾ ਪਿਆ। ਵਟਵਾਰੇ ਮਗਰੋਂ ਹੋਈਆਂ ਝੜਪਾ ਕਾਰਨ ਗਾਂਧੀ ਜੀ ਦੁਖੀ ਸਨ। 30 ਜਨਵਰੀ 1948 ਨੂੰ ਇੱਕ ਪ੍ਰਾਰਥਨਾ ਸਵਾਲ ਲਈ ਜਾਂਦੇ ਸਮੇਂ ਗਾਂਧੀ ਜੀ ਦੀ ਹੱਤਿਆ ਕਰ ਦਿੱਤੀ ਗਈ ਸੀ ਅੱਜ ਭਾਰਤ ਦੀ ਇੱਕ ਹੋਰ ਮਹਾਨ ਸ਼ਖਸੀਅਤ ਲਾਲ ਬਹਾਦਰ ਸ਼ਾਸਤਰੀ ਜੀ ਦੀ ਜਨਮ ਦਿਹੀ ਹੈ ਉਹਨਾਂ ਦਾ ਜਨਮ 2 ਅਕਤੂਬਰ 1904 ਨੂੰ ਮੁਗਲ ਸਰਾਏ ਵਿੱਚ ਆਪਣੇ ਨਾਨੇ ਦੇ ਘਰ ਹੋਇਆ ਸੀ ਜਨਵਰੀ 1921 ਵਿੱਚ ਜਦ ਸ਼ਾਸਤਰੀ ਜੀ ਦਸਵੀਂ ਜਮਾਤ ਵਿੱਚ ਸਨ ਤਾਂ ਉਹਨਾਂ ਨੇ ਬਨਾਰਸ ਵਿੱਚ ਗਾਂਧੀ ਜੀ ਤੇ ਪੰਡਿਤ ਮਦਨ ਮੋਹਨ ਮਾਲਵੀਆ ਵੱਲੋਂ ਕੀਤੀ ਗਈ ਇੱਕ ਜਨ ਸਭਾ ਵਿੱਚ ਹਿੱਸਾ ਲਿਆ ਵਿਦਿਆਰਥੀਆਂ ਨੂੰ ਸਰਕਾਰੀ ਸਕੂਲ ਛੱਡਣ ਅਤੇ ਅਸਹਿਯੋਗ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਗਾਂਧੀ ਜੀ ਦੇ ਸੱਦੇ ਤੋਂ ਪ੍ਰੇਰਿਤ ਹੋ ਕੇ ਸ਼ਾਸਤਰੀ ਜੀ ਨੇ ਅਗਲੇ ਹੀ ਦਿਨ ਸਕੂਲ ਜਾਣਾ ਬੰਦ ਕਰ ਦਿੱਤਾ ਅਤੇ ਸਵੈਸੇਵਕ ਸੇਵਕ ਦੇ ਰੂਪ ਵਿੱਚ ਕਾਂਗਰਸ ਪਾਰਟੀ ਦੀ ਸਥਾਨਕ ਸ਼ਾਖਾ ਵਿੱਚ ਸ਼ਾਮਲ ਹੋ ਗਏ ਸ਼ਾਸਤਰੀ ਜੀ ਨੇ ਧਰਨੇ ਅਤੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿੱਚ ਸਰਗਰਮ ਹਿੱਸਾ ਲਿਆ ਉਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਪਾ ਦਿੱਤਾ ਗਿਆ ਪਰ ਬਾਅਦ ਵਿੱਚ ਉਹਨਾਂ ਨੂੰ ਇਸ ਲਈ ਛੱਡ ਦਿੱਤਾ ਗਿਆ ਕਿਉਂਕਿ ਉਹ ਨਾਬਾਹਲਗ ਸਨ ਇੱਕ ਰਾਸ਼ਟਵਾਦੀ ਸੰਸਥਾਨ ਕਾਸ਼ੀ ਵਿਦਿਆਪੀਠ ਦੇ ਸ਼ੁਰੂਆਤੀ ਵਿਦਿਆਰਥੀਆਂ ਵਿੱਚੋਂ ਇੱਕ ਸ਼ਾਸਤਰੀ ਜੀ ਨੇ 1925 ਵਿੱਚ ਦਰਸ਼ਨ ਸ਼ਾਸਤਰ ਅਤੇ ਨੈਤਿਕਤਾ ਵਿੱਚ ਪਹਿਲੀ ਸ਼੍ਰੇਣੀ ਦੀ ਡਿਗਰੀ ਨਾਲ ਬੀਏ ਦੀ ਉਪਾਦੀ ਹਾਸਲ ਕੀਤੀ ਉਹਨਾਂ ਨੂੰ ਸ਼ਾਸਤਰੀ ਦੀ ਉਪਾਦੀ ਦਿੱਤੀ ਗਈ ਜਿਸ ਦਾ ਅਰਥ ਵਿਦਵਾਨ ਹੈ 1928 ਵਿੱਚ ਮਹਾਤਮਾ ਗਾਂਧੀ ਦੇ ਸੱਦੇ ਉੱਤੇ ਸ਼ਾਸਤਰੀ ਜੀ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਰਗਰਮ ਮੈਂਬਰ ਬਣੇ ਆਜ਼ਾਦੀ ਸੰਗਰਾਮ ਦੌਰਾਨ ਕਈ ਵਾਰ ਜੇਲ੍ਹ ਗਏ ਜਵਾਹਰ ਲਾਲ ਨਹਿਰੂ ਦੇ ਦੇਹਾਂਤ ਮਗਰੋਂ ਲਾਲ ਬਹਾਦਰ ਸ਼ਾਸਤਰੀ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਬਣੇ ਗਾਂਧੀ ਜੀ ਦਾ ਨਾਰਾ ਕਰੋ ਜਾਂ ਮਰੋ ਸੀ ਤਾਂ ਸ਼ਾਸਤਰੀ ਜੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਉਹਨਾਂ ਦਾ ਦਰਸ਼ਨ ਅਧਿਆਤਮ ਨਾਲ ਜੁੜਿਆ ਹੋਇਆ ਸੀ ਉਨ੍ਹਾਂ ਨੇ ਜੋ ਕਿਹਾ ਉਸ ਦਾ ਖੁਦ ਪਾਲਣ ਵੀ ਕੀਤਾ